ਭੈਣੀ ਭਾਈ ਮੈਂ ਤਾਂ ਲੁਧਿਆਣੇ ਜਾਣਾ ਮੈਂ ਅੱਧਾ ਘੰਟਾ ਹੋ ਗਿਆ ਬੱਸ ਡੀਕਦੇ ਨੂੰ ਪਰ ਹਲੇ ਤੱਕ ਹੀ ਬੱਸ ਹੀ ਨਹੀਂ ਆਈ। ਅੱਛਾ ਇੱਕ ਤਾਂ ਯਾਰ ਬੱਸਾਂ ਵਾਲਿਆਂ ਦਾ ਨਹੀਂ ਪਤਾ ਲੱਗਦਾ ਕਦੋਂ ਕਿਹੜੇ ਵੇਲੇ ਟਾਈਮ ਬਦਲ ਦਿੰਦੇ ਆ। ਨਹੀਂ ਨਹੀਂ ਭਾਈ ਇਹ ਚ ਬੱਸਾਂ ਵਾਲੇ ਦੀ ਕੋਈ ਗੱਲ ਨਹੀਂ, ਮੈਨੂੰ ਲੱਗਦਾ ਜਨਮਾਸ਼ਟਮੀ ਆ ਤਾਂ ਕਰਕੇ ਸਾਰਿਆਂ ਬੱਸਾਂ ਵਾਲਿਆਂ ਨੂੰ ਛੁੱਟੀ ਆ। ਹਾਂ ਭਾਈ ਇਹ ਵੀ ਹੋ ਸਕਦਾ ਯਾਰ, ਜੇ ਮੈਂ ਤੁਰ ਕੇ ਗਿਆ ਮੈਨੂੰ ਬਹੁਤ ਹਨੇਰਾ ਹੋ ਜਾਣਾ। ਐ ਕਰਦਾ ਦਲਪ੍ਰੀਤ ਨੂੰ ਫੋਨ ਲਾਣਾ, ਉਹ ਘਰੇ ਹੀ ਹੋਊਗਾ, ਉਹ ਮੈਨੂੰ ਗੱਡੀ ਦੇ ਆ ਕੇ ਲੈ ਜਾਊਗਾ। ਹੈਲੋ ਦਲਪ੍ਰੀਤ। ਹਾਂਜੀ ਭਾਈ ਜੀ। ਯਾਰ ਮੈਂ ਨਾ ਆਪਦੀ ਭੈਣ ਕੇ ਪਿੰਡੋਂ ਆਇਆ ਸੀ, ਹੁਣ ਮੈਂ ਮੋਗੇ ਤੱਕ ਤਾਂ ਆ ਗਿਆ, ਮੈਨੂੰ ਮੋਗੇ ਤੋਂ ਲੁਧਿਆਣੇ ਵਾਲੀ ਬੱਸ ਨਹੀਂ ਮਿਲਦੀ ਪਈ। ਭਰਾ ਬਣ ਕੇ ਆ ਕੇ ਲੈ ਜਾ ਮੈਨੂੰ ਗੱਡੀ ਤੇ। ਸੌਰੀ ਭਾਈ ਮੈਂ ਤੂੰ ਆਇਆ ਨਹੀਂ ਆਣਾ, ਨਾਲ ਮੇਰੀ ਗੱਡੀ ਦਾ ਘਰੇ ਪੈਂਚਰ ਖੜੀ, ਮੈਂ ਤਾਂ ਕੰਮ ਤੇ ਆਇਆ, ਤੂੰ ਕਿਸੇ ਹੋਰ ਤੋਂ ਪੁੱਛ ਲਾ। ਅੱਛਾ ਚਲ ਠੀਕ ਆ ਭਾਈ। ਕੀ ਹੋ ਗਿਆ ਭਾਈ? ਕੁਛ ਨਹੀਂ ਭਾਈ, ਮੈਂ ਘਰੇ ਛੇਤੀ ਜਾਣਾ ਵਾ, ਮੰਮੀ ਘਰੇ ਕੱਲੀ ਆ, ਆਪਦੇ ਯਾਰ ਨੂੰ ਫੋਨ ਲਾਇਆ ਸੀ ਵੀ ਮੈਨੂੰ ਆ ਕੇ ਗੱਡੀ ਤੇ ਲੈ ਜਾ, ਉਹਨੇ ਜਵਾਬ ਦੇਤਾ। ਕੋਈ ਨਾ ਭਾਈ ਮੈਂ ਵੀ ਲੁਧਿਆਣੇ ਹੀ ਜਾਣਾ, ਤੂੰ ਟੈਨਸ਼ਨ ਨਾ ਲੈ, ਆਪਾਂ ਨੂੰ ਕੋਈ ਨਾ ਕੋਈ ਸਾਧਨ ਮਿਲ ਜੂਗਾ। ਭਾਈ ਮੈਂ ਲੁਧਿਆਣੇ ਜਾਣਾ ਸੀ, ਲੁਧਿਆਣੇ ਨੂੰ ਆਹੀ ਰਸਤਾ ਜਾਂਦਾ? ਹਾਂਜੀ ਵੀਰੇ ਆਹੀ ਰਸਤਾ ਜਾਂਦਾ, ਤੁਸੀਂ ਲੁਧਿਆਣੇ ਜਾਣਾ ਵਾ? ਹਾਂਜੀ ਹਾਂਜੀ ਲੁਧਿਆਣੇ ਜਾਣਾ। ਵੀਰ ਬਣ ਕੇ ਸਾਨੂੰ ਵੀ ਲੁਧਿਆਣੇ ਤੱਕ ਲੈ ਚਲੋ, ਅਸੀਂ ਵੀ ਲੁਧਿਆਣੇ ਹੀ ਜਾਣਾ ਵਾ। ਆਜੋ ਆਜੋ ਵੀਰੇ, ਕੋਈ ਚੱਕਰ ਨਹੀਂ, ਬਹਿਰੋਂ ਪਿੱਛੇ ਆਜੋ। ਭਾਈ ਤੂੰ ਵੀ ਆ ਸਾਡੇ ਨਾਲ ਹੀ ਚੱਲ ਵੜ। ਥੈਂਕ ਯੂ ਵੀਰੇ ਲਿਫਟ ਦੇਣ ਵਾਸਤੇ। ਕੋਈ ਗੱਲ ਨਹੀਂ ਵੀਰੇ, ਕੋਈ ਗੱਲ ਨਹੀਂ, ਚੱਲ ਗਏ ਹੁਣ ਆਪਾਂ? ਚਲੋ 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 ਜੀ ਚਲੋ। ਹਲੋ ਵੀਰੇ ਫਰੂਟੀ ਪੀ ਲਓ। ਨਹੀਂ ਨਹੀਂ ਭਾਈ ਤੁਸੀਂ ਪੀ ਲਓ ਵੀਰੇ, ਵੀਰੇ ਸਾਡੇ ਕੋਲ ਹੈਗੀਆਂ ਤੁਸੀਂ ਲੈ ਲਓ। ਠੀਕ ਹੈ ਵੀਰੇ, ਧੰਨਵਾਦ ਜੀ। ਹਲੋ ਭਾਈ। ਨਹੀਂ ਨਹੀਂ ਵੀਰੇ ਤੁਸੀਂ ਪੀ ਲਓ, ਵੀਰੇ ਲੈ ਲਓ ਸਾਡੇ ਕੋਲ ਹੈਗੀਆਂ। ਥੈਂਕ ਯੂ ਭਾਈ। ਭਾਈ ਇਹ ਤਾਂ ਕੰਮ ਹੋ ਗਿਆ, ਕੋਈ ਛੱਡੀ ਨਾ ਸਮਾਨ, ਜਲਦੀ ਜਲਦੀ ਕੱਢ ਲਾ। ਭਾਈ ਕਰ ਲਿਆ ਇਹ ਤਾਂ ਕੰਮ, ਹੁਣ ਐਂ ਕਰਦੇ ਆ ਆਪਾਂ ਇਹਨਾਂ ਨੂੰ ਕੱਚੇ ਰਾਹ ਤੇ ਲੈ ਕੇ ਛੱਡ ਦਿੰਦੇ ਆ, ਆਪੇ ਉੱਠ ਕੇ ਘਰ ਜਾ ਉੜੂਗਾ। ਹਾਂਜੀ ਵੀਡੀਓ ਕਿਵੇਂ ਲੱਗੀ, ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਸੋ ਅੱਜ ਦੀ ਕਹਾਣੀ ਜਿਹੜੀ ਸੀਗੀ ਉਹਦੇ ਵਿੱਚ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਕਦੇ ਵੀ ਆਪਾਂ ਅਣਜਾਣ ਵਿਅਕਤੀ ਦੇ ਨਾਲ, ਮਤਲਬ ਭਾਵੇਂ ਉਹ ਗੱਡੀ ਹੋਵੇ ਭਾਵੇਂ ਮੋਟਰਸਾਈਕਲ ਹੋਵੇ, ਆਪਾਂ ਮੋੜ ਤੇ ਬੈਠੇ ਹਾਂ, ਕਦੇ ਵੀ ਕਿਸੇ ਕਹਿਣ 'ਤੇ ਮਤਲਬ ਕਿਸੇ ਦੇ ਸਾਧਨ ਦੇ ਵਿੱਚ ਨਾ ਬੈਠੋ, ਤੁਹਾਡੇ ਨਾਲ ਕੋਈ ਵੀ ਦੁਰਘਟਨਾ ਹੋ ਸਕਦੀ ਆ। ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਸ ਟਾਈਮ ਅਸੀਂ ਵੀਡੀਓ ਸ਼ੂਟ ਕਰਕੇ ਹਟੇ ਸੀਗੇ, ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਿਓ। ਥੈਂਕ ਯੂ ਸੋ ਮੱਚ।